ਸੋਹੰਗ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ। ਆਓ ਅੱਜ ਸੰਸਾਰ ਦੇ ਸਾਰੇ ਹੀ ਵੀਰੋ ਭੈਣੋ ਬਜ਼ੁਰਗੋ, ਅੱਜ ਕੋਈ ਰੂਹਾਨੀਅਤ ਦੀ ਗੱਲ ਕਰੀਏ। ਅੱਜ ਤੱਕ ਸਾਰਾ ਹੀ ਹਿੰਦੁਸਤਾਨ ਸੋਚਦਾ ਹੈ, ਜਿਸਨੇ ਕਸ਼ਮੀਰ ਨਹੀਂ ਦੇਖਿਆ, ਦਾਰਜਲਿੰਗ ਨਹੀਂ ਦੇਖਿਆ, ਉਸਨੇ ਕੁਛ ਨਹੀਂ ਦੇਖਿਆ, ਪਰ ਰੂਹਾਨੀਅਤ ਵਿੱਚ ਆਪ ਜੀ ਦੇ ਚਰਨਾਂ ਵਿੱਚ ਅਰਦਾਸ ਕੁਛ ਦੱਸਣ ਲੱਗਾ ਹੈ। ਇਹ ਧਿਆਨ ਨਾਲ ਸੁਣਨਾ, ਜੇ ਇਹ ਨਹੀਂ ਦੇਖਿਆ ਤਾਂ ਇਸ ਜਨਮ ਵਿੱਚ ਕੁਛ ਨਹੀਂ ਦੇਖਿਆ, ਤਾਂ ਇਹ ਸਾਰਾ ਜਨਮ ਇਸ ਸੰਸਾਰ 'ਚੋਂ ਇਸੇ ਚਾਲੀ ਚਲਾ ਗਿਆ। ਵੀਰੋ, ਅੱਜ ਤੱਕ ਜਿਤਨੇ ਵੀ ਪੈਗੰਬਰ ਗੁਰੂ ਸਾਹਿਬਾਨ ਆਏ ਨੇ, ਉਹਨਾਂ ਦੇ ਨਿਆਈਆਂ ਨੇ ਪਿੱਛੋਂ ਪੈਗੰਬਰਾਂ ਵਾਲਿਆਂ ਨੇ ਮਸਜਿਦਾਂ ਚਰਚਾਂ ਬਣਾ ਲਈਆਂ, ਰਾਮਚੰਦਰ ਔਰ ਕ੍ਰਿਸ਼ਨ ਜੀ ਦੇ ਮਹਾਰਾਜ ਮੰਦਰ ਬਣਾ ਲਏ, ਗੁਰੂ ਸਾਹਿਬਾਂ ਦੇ ਸਿੰਘ ਸਾਹਿਬਾਂ ਨੇ ਗੁਰਦੁਆਰੇ ਅਲੱਗ ਅਲੱਗ ਟਾਈਪ ਦੇ ਅਲੱਗ ਅਲੱਗ ਜਗ੍ਹਾ ਬਣਾ ਲਏ। ਜਿਤਨੇ ਜਿਤਨੇ ਕਿਸੇ ਕੋਲ ਸੇਵਾ ਜੁੜੀ, ਉਹਨਾਂ ਨੇ ਬੜੇ ਸੁੰਦਰ ਸੁੰਦਰ ਗੁਰਦੁਆਰੇ, ਮੰਦਰ, ਮਸਜਿਦ, ਚਰਚਾਂ ਬਣਾਈਆਂ ਔਰ ਅਲੱਗ ਅਲੱਗ ਇਨਸਾਨ ਨੂੰ ਵੰਡ ਦਿੱਤਾ। ਅਲੱਗ ਅਲੱਗ ਬਖੇੜੇ ਪੈ ਗਏ, ਇੱਕ ਦੂਜੇ ਨਾਲ ਘ੍ਰਿਣਾ ਕਰਦੇ ਨੇ, ਮੰਦਰ ਵਾਲੇ ਗੁਰਦੁਆਰੇ ਨਹੀਂ ਜਾ ਸਕਦੇ, ਗੁਰਦੁਆਰੇ ਵਾਲੇ ਚਰਚ ਨਹੀਂ ਜਾ ਸਕਦੇ, ਚਰਚ ਵਾਲੇ ਮਸਜਿਦ ਨਹੀਂ ਜਾ ਸਕਦੇ। ਇਹ ਸਾਰੀਆਂ ਗੱਲਾਂ ਦੇਖ ਕੇ ਪਰਮਾਤਮਾ ਨੇ, ਧਰਤੀ ਨੇ ਪੁਕਾਰ ਕੀਤੀ ਕਿ ਅੱਜ ਦਾ ਇਨਸਾਨ ਅੱਗ ਦੇ ਅੰਗਾਰੇ ਬਣ ਗਿਆ ਹੈ, ਅੱਜ ਦਾ ਇਨਸਾਨ ਹਲਕ ਗਿਆ ਹੈ। ਮਹਾਰਾਜ ਜੀ ਨੇ ਸਾਰੇ ਗੁਰੂ ਪੀਰ ਅਵਤਾਰ ਬੁਲਾਏ ਕਿ ਤੁਸੀਂ ਦੱਸੋ, ਮਾਤ ਲੋਕ ਦੇ ਵਿੱਚ ਤੁਸੀਂ ਗਏ ਸੋ, ਕੀ ਕਰਕੇ ਆਏ ਹੋ? ਉਹਨਾਂ ਸਾਰਿਆਂ ਨੇ ਆਪਣੇ ਆਪਣੇ ਬਿਆਨ ਦੇ ਗਏ, ਅਸਤੀਫਾ ਦੇ ਦਿੱਤਾ, ਇਹ ਮਾਲਕ ਸਾਡੇ ਬੱਸ ਵਿੱਚ ਨਹੀਂ ਹੈ, ਇਹ ਸੰਸਾਰ ਇਸ ਵੇਲੇ ਕਲਯੁੱਗ ਦੀ ਲਪੇਟ ਵਿੱਚ ਆ ਗਿਆ ਹੈ, ਅਸੀਂ ਕੁਛ ਨਹੀਂ ਕਰ ਸਕਦੇ। ਉਹ ਪਰਮਾਤਮਾ ਨੇ ਪ੍ਰਗਟ ਹੋਇਆ, ਗੋਬਿੰਦ ਆਇਆ ਨਾਲ ਲਿਆਇਆ ਹਰ ਕਰਤਾਰ। ਉਹਨਾਂ ਆਣ ਕੇ ਸਭ ਤੋਂ ਪਹਿਲੇ ਇੱਕ ਐਸਾ ਭਗਤ ਦੁਆਰ ਬਣਾਇਆ ਜਿਹੜਾ ਸਾਰੇ ਹੀ ਸੰਸਾਰ ਦਾ, ਹਿੰਦੂ, ਮੁਸਲਿਮ, ਸਿੱਖ, ਇਸਾਈ, ਜੈਨੀ, ਬੋਧੀਆਂ ਦਾ ਸਾਂਝਾ, ਔਰ ਐਸਾ ਭਗਤ ਦੁਆਰ ਬਣਾਇਆ ਜਿੱਥੇ ਅਮੀਰ ਗਰੀਬ, ਊਚ ਨੀਚ, ਕੋਈ ਜਾਤ ਪਾਤ ਦਾ ਵੇਰਵਾ ਨਹੀਂ, ਸਾਰੇ ਹੀ ਆ ਸਕਦੇ ਨੇ, ਸਾਰੇ ਹੀ ਉੱਥੇ ਨਮਸਕਾਰ ਕਰ ਸਕਦੇ ਨੇ। ਐਸਾ ਭਗਤ ਦੁਆਰ ਬਣਾਇਆ ਜਿਸ ਦਾ ਕੋਈ ਦੁਨਿਆਵੀ ਆਰਕੀਟੈਕਟ ਨੇ ਨਹੀਂ ਬਣਾਇਆ, ਉਹ ਪਰਮਾਤਮਾ ਨੇ ਸੱਚਖੰਡ 'ਚੋਂ ਆਪਣਾ ਨਕਸ਼ਾ ਆਪ ਲਿਆਂਦਾ, ਉਹਦਾ ਆਰਕੀਟੈਕਟ ਪਰਮਾਤਮਾ ਆਪ ਹੀ ਬਣਿਆ। ਉਸ ਭਗਤ ਦੁਆਰ ਦਾ ਨੀਂਹ ਰੱਖਣ ਲਈ ਉਸ ਅਕਾਲ ਪੁਰਖ ਪਰਮਾਤਮਾ ਨੇ, ਗੁਰੂ ਸਾਹਿਬਾਨਾਂ ਨੇ ਆਪਣੇ ਮੱਥੇ ਵਿੱਚੋਂ ਖੂਨ ਕੱਢ ਕੇ ਚਿੱਟੇ ਕਾਗਜ਼ 'ਤੇ ਲਾ ਕੇ, ਇੱਕ ਰੁਪਈਆ ਨਾਲ ਲੈ ਕੇ ਨੀਂਹ ਰੱਖੀ, ਆਪਣੇ ਬੱਚਿਆਂ ਦੀਆਂ ਅਸਥੀਆਂ ਨੀਚੇ ਰੱਖੀਆਂ, ਔਰ ਉਸ ਤੋਂ ਬਾਅਦ ਆਪਣੇ ਸੀਸ ਦੇ ਸਵਾ ਸਵਾ ਮਨ ਦੇ 5 ਟੋਕਰੇ ਵੀ ਬਜਰੀ ਰੇਤੇ ਦੇ ਚੱਕੇ ਉੱਥੇ ਰੱਖੇ, ਔਰ ਉਸ ਭਗਤ ਦੁਆਰ ਦਾ ਇੱਕ ਨਕਸ਼ਾ ਐਸਾ ਖਿੱਚਿਆ ਜਿਹੜਾ ਕਿ ਹਰਬਾਣੀ ਵਿੱਚ ਹੈ, ਜਿਹੜਾ ਇਸ ਸੰਸਾਰ ਵਿੱਚ ਉਸ ਜਗ੍ਹਾ ਦਾ ਦਰਸ਼ਨ ਤਾਂ ਜ਼ਰੂਰ ਇਸ ਜਨਮ ਵਿੱਚ ਕਰਨਾ ਚਾਹੀਦਾ ਹੈ। ਜੇ ਕੋਈ ਵਾਂਝਾ ਰਹਿ ਗਿਆ ਤਾਂ ਉਸਦੀ ਕਿਸਮਤ ਹੈ, ਭਾਗਾਂ ਵਾਲਾ ਤਾਂ ਦਰਸ਼ਨ ਕਰ ਲੈ। ਉਹ ਜਗ੍ਹਾ ਪਠਾਨਕੋਟ ਅੰਮ੍ਰਿਤਸਰ ਰੋਡ 'ਤੇ ਕੱਥੂ ਨੰਗਲ ਔਰ ਬੇਰਕੇ ਦੇ ਵਿੱਚ ਹੈ। ਆਓ ਉਸ ਹਰ ਭਗਤ ਦੁਆਰ ਦੀ ਨੀਂਹ ਰੱਖੀ ਹੈ ਅਤੇ ਮਹਾਰਾਜ ਦੀ ਹਰ ਬਾਣੀ ਸੁਣੀਏ। 19 ਕਥਕ ਦਿਵਸ ਸੋਭਾਵੰਤ, ਹਰਜੂ ਹਰਜਨ ਲਏ ਉਠਾਈ ਆਹ, ਸਾਡੇ ਤਿੰਨ ਤਿੰਨ ਹੱਥ ਚਾਰ ਕੁੰਟ ਥੰਮ, ਜਗਤ ਸਹਾਰਾ ਦੇ ਜਨਾਈ ਆਹ, 16 ਫੁੱਟ ਚੜ੍ਹੇ ਚੰਨ, 10-10 ਨਾਲ ਮਲਾਈ ਆਹ, 9 ਦੁਆਰੇ ਜਗਤ ਧਾਰ, ਸੋ ਪੁਰਖ ਨਰਿੰਜਨ ਆਪ ਜਨਾਈ ਆਹ, 9 ਦੁਆਰੇ 9 ਵਾਰੀ ਵਾਰਨ ਵਾਰ ਕਰਾਂਦਾ, ਧਰਮ ਬੰਨ ਏਕਾ ਧਾਰੀ, 13-13-13 ਵੰਡ ਵੰਡਾਂਦਾ, ਇੰਚ ਇੰਚ ਹਰੀ ਕਿਆਰੀ, ਅੱਧੀ ਆਪਣੇ ਵਿੱਚ ਸਮਾਇੰਦਾ, ਏਕਾ ਅੱਧਾ ਡਿਉਣਾ ਦਾ ਬਲਿਹਾਰੀ, 4 ਕੁੰਟ ਬੰਧਨ ਪਾਇੰਦਾ, ਸਾਡੇ 3 ਹੱਥ ਪਿੱਛੇ ਵਾਰੀ, ਪਿੱਛਾ ਆਪਣੇ ਰੰਗ ਰੰਗਾਇੰਦਾ, ਸਤਿਯੁਗ ਨੀਂਹ ਰੱਖੇ ਕਰਤਾਰ, ਜਗਤ ਜਗਦੀਸ਼ ਗਿਆ ਸਮਝਾਈ ਆ,
ਜਿਸ ਵੇਲੇ ਹੋਇਆ ਸੰਸਕਾਰ ਸੋ ਬੇਲਾ ਲਿਆ ਸੁਹਾਈਆ ਭਗਤਾਂ ਬੰਨੇ ਇੱਕ ਦੁਆਰ ਅਨਮੁੱਲੀ ਭਗਤੀ ਝੋਲੀ ਪਾਈਆ ਚੌਵੀ ਹੱਥ ਨਿਸ਼ਾਨ ਸਮਰੱਥ ਦੇ ਚੁਲਾਈਆ ਸਤਿਗੁ ਬਣੇ ਸੱਚਾ ਦਰਬਾਰ ਨੌ ਦੁਆਰੇ ਦੇ ਖੁਲਾਈਆ ਨੌ ਖਿੜਕੀ ਕਰੇ ਪਿਆਰ ਏਕਾ ਦੂਜਾ ਬੰਧਨ ਪਾਈਆ ਉੱਨੀ ਕੱਤਕ ਦਿਵਸ ਸੁਹਾਣਾ ਸਾਢੇ ਦਸ ਵਕਤ ਸੁਹਾਇੰਦਾ ਛੱਤੀ ਦਿਵਸ ਵਿਹਾਰ ਕਰਾਉਣਾ ਹੁਕਮੇ ਹੁਕਮ ਆਪ ਜਨਾਇੰਦਾ ਤੇਰਾਂ ਡਿਉਨੀ ਪੌਣ ਸੱਤ ਵਿੱਚ ਫੁੱਟ ਰੂਪ ਬਦਲਾਈਆ ਅੰਦਰੇ ਅੰਦਰ ਕਰਨਾ ਪੱਖ ਵੱਧ ਘੱਟ ਨਾ ਕੋਈ ਜਨਾਈਆ ਛੱਤੀ ਛੱਤੀ ਪਾਰਕ ਨਾਰ ਛੱਤੀ ਛੱਤੀ ਹਰ ਵਿਹਾਰ ਛੱਤੀ ਛੱਤੀ ਹੋਏ ਤਿਆਰ ਸਾਢੇ ਤਿੰਨ ਹੱਥ ਤੇਰੀ ਧਾਰ ਰਵਿਦਾਸ ਚਮਾਰਾ ਕਰ ਪਿਆਰ ਲਿਖਾ ਲਿਖ ਲਿਖ ਗਏ ਸਮਝਾਈਆ ਇਹ ਭਗਦਵਾਰ ਛੱਤੀ ਬਾਈ ਛੱਤੀ ਦਾ ਹੈ ਔਰ ਛੱਤੀਆਂ ਦਿਨਾਂ ਵਿੱਚ ਤਿਆਰ ਕੀਤਾ ਗਿਆ ਇਸ ਭਗਤ ਦਾ ਮਨਾਰ ਸੰਸਾਰ ਵਿੱਚ ਨਾ ਕੋਈ ਅੱਜ ਤੱਕ ਐਸਾ ਹੋਇਆ ਹੈ ਨਾ ਅਗਲੇ ਚਾਰ ਯੁੱਗ ਐਸਾ ਕਦੇ ਬਣੇਗਾ ਇਹ ਚਾਰ ਯੁੱਗ ਵਾਸਤੇ ਮਹਾਰਾਜ ਜੀ ਨੇ ਬਖਸ਼ਿਸ਼ ਕੀਤਾ ਹੈ ਜਿਸ ਕਿਸੇ ਵੀਰ ਭੈਣ ਨੂੰ ਮੌਕਾ ਮਿਲੇ ਇਹਦੇ ਦਰਸ਼ਨ ਜ਼ਰੂਰ ਕਰਨੇ ਚਾਹੀਦੇ ਨੇ ਫਿਰ ਉੱਥੇ ਜਾ ਕੇ ਪੂਰਾ ਪਤਾ ਚੱਲਦਾ ਹੈ ਕਿ ਹੋਰ ਕੀ ਬਖਸ਼ਿਸ਼ਾਂ ਉੱਥੇ ਹੋਈਆਂ ਨੇ ਸੋ ਹੰਗ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ।